ਗੱਡੀਆਂ ਪਹਿਲਾਂ ਖੋਤੇ ਉਹਨਾਂ ਨੂੰ ਲਾਈਨ ਲਾਈ ਦੀ ਹੈ, ਜਿਵੇਂ ਘੁਮਿਆਰ ਲਾਉਂਦੇ ਹੁੰਦੇ ਹਨ ਖੋਤੇ ਨੂੰ ਨਿਸ਼ਾਨੀ ਲਾਉਂਦੇ ਹੁੰਦੇ ਹਨ, ਜਿਵੇਂ ਮੈਂ ਖੋਤੇ ਨੂੰ ਨਿਸ਼ਾਨੀ ਲਾਈ ਕਿ ਮੇਰਾ ਕਜ਼ਨ ਹੈ। ਆਊਟ ਆਫ ਟੋਪਿਕ, ਬਾਕੀ ਕਟਿੰਗ ਸ਼ੁਰੂ ਹੋ ਗਈ। ਬਾਏ ਦਾ ਵੇ, ਇਹ ਸਲੋਨ ਦੇ ਉੱਤੇ ਤੁਸੀਂ ਕਿਸੇ ਨੂੰ ਨਾਈ ਨਹੀਂ ਕਹਿ ਸਕਦੇ, ਕਹਿੰਦੇ ਸਾਨੂੰ ਕਹੋ ਬਾਰ ਬਾਰ, ਬਾਕੀ ਈਦ ਤੇ ਈਦੀ ਵੀ ਮੰਗਦੇ ਜੇ, ਇਹ ਹਰਕਤ ਨਾਈਆਂ ਵਾਲੀ ਹੋਈ ਹੈ। ਜਨਾਬ ਐਨਕ ਵਾਲਾ ਜਿਨ ਪਾਰਟ 2 ਚ ਕੀ ਵਹਾਣਗੇ? ਜਿਨ ਪਾਰਟ 2 ਹੋ ਰਹੀ ਹੈ। ਅੱਛਾ, ਮੈਂ ਕਿਹਾ ਐਨਕ ਵਾਲਾ ਜਿਨ ਪਾਰਟ 2 ਚ ਕੀ ਵਹਾਣਗੇ? ਉਹਦੇ ਚ ਪਿੱਛੇ ਜਨਾਬ ਜ਼ਕੂਟਾ ਸਾਹਿਬ ਨਹੀਂ ਤੇ ਐਨਕ ਵਾਲਾ ਜਿਨ ਪਾਰਟ 2 ਆ ਰਿਹਾ, ਉਹਦੀ ਤਿਆਰੀ ਕਰਨ ਦੇ ਨੇ। ਇਹ ਜਨਾਬ ਜਿਹੜੇ ਨੇ ਇਹ ਮੇਰੀ ਕਟਿੰਗ ਕਰਦੇ ਨੇ, ਠੀਕ ਹੈ, ਸ਼ੁਕਰ ਲੱਗਾ ਇਹ ਕਟਿੰਗ ਕਰਦੇ ਹੁੰਦੇ ਤੇ ਮੈਂ ਤੁਹਾਨੂੰ ਮੂੰਹ ਵਹਾਣ ਚ ਕਰਾਉਣਾ ਸੀ। ਹਾਂਜੀ, ਵਸ ਸਭ ਐਵਰੀਵਨ, ਕੀ ਹਾਲ ਹੈ ਸਭ ਦਾ? ਉਮੀਦ ਕਰਨਾ ਸਭ ਠੀਕ ਠਾਕ ਹੋਵੋਗੇ। ਸੋ ਜੀ, ਅੱਜ ਦਾ ਵਲੌਗ ਮੈਂ ਸ਼ੁਰੂ ਕਰ ਰਿਹਾ ਬਾਜ਼ਾਰ ਦੇ ਵਿੱਚੋਂ। ਅਸੀਂ ਜਾ ਰਹੇ ਹਾਂ ਕਟਿੰਗ ਕਰਾਉਣ ਵਾਸਤੇ, ਹਾਲਤ ਬਹੁਤ ਖਰਾਬ ਹੋ ਗਈ, ਤੁਸੀਂ ਵੇਖ ਸਕਦੇ ਹੋ। ਸੋ ਕਟਿੰਗ ਕਰਾਉਣ ਵਾਸਤੇ ਚਾਹੀਦਾ ਉੱਤੇ, ਆਹ ਸੀੜੀਆਂ ਨੇ ਪਿੱਛੋਂ ਇੱਥੋਂ ਲੰਘ ਕੇ ਚਾਹੀਦਾ ਉੱਤੇ ਤੱਕ। ਬਾਏ ਦਾ ਵੇ, ਇਹ ਬੰਦਾ ਹਾਲੇ ਵੀ ਨਾ ਆ ਰਹੀ ਹੈ। ਪੌੜੀਆਂ ਚੜ੍ਹ ਕੇ ਛੱਤ ਜਾਵਾਂਗੇ ਤੇ ਉੱਤੇ ਜਾ ਕੇ ਆਪਾਂ ਕਟਿੰਗ ਕਰਾਵਾਂਗੇ। ਇਹ ਜਨਾਬ ਦੁਕਾਨ ਹੈ, ਠੀਕ ਹੈ ਜੀ। ਇਹ ਜਨਾਬ ਜਿਹੜੇ ਨੇ ਇਹ ਮੇਰੀ ਕਟਿੰਗ ਕਰਦੇ ਨੇ, ਠੀਕ ਹੈ, ਸ਼ੁਕਰ ਲੱਗਾ ਇਹ ਕਟਿੰਗ ਕਰਦੇ ਹੁੰਦੇ ਤੇ ਮੈਂ ਤੁਹਾਨੂੰ ਮੂੰਹ ਵਹਾਣ ਚ ਕਰਾਉਣਾ ਸੀ। ਇਹ ਕਟਿੰਗ ਕਰਦੇ ਨੇ ਅਕਸਰ ਕੋਈ ਫੜਿਆ ਫੁੜਿਆ ਜਾਏ ਨਾ ਕਿ ਉਹਦੀ ਬਸ ਸਟੈਂਡ ਹੀ ਕਰਦੇ ਨੇ, ਬਸ ਹੋਰ ਇਹਨਾਂ ਨੂੰ ਕੁਛ ਨਹੀਂ ਆਉਂਦਾ। ਮੇਰੀ ਜਿਹੜੀ ਕਟਿੰਗ ਕਰਦੇ ਨੇ ਉਹ ਹੈ ਚੋਈ ਸਾਹਿਬ ਨੇ, ਸ਼ਾਹ ਜੀ। ਸ਼ਾਹ ਜੀ, ਕੀ ਹਾਲ ਜੀ? ਠੀਕ ਹੋ? ਸ਼ੁਕਰ ਹੈ ਦਾਦਾ, ਤੁਸੀਂ ਸੁਣਾਓ। ਸੋ ਜੀ, ਜੱਟ ਸਾਹਿਬ ਵੀ ਨਾਲ ਆਏ ਨੇ। ਸੋ ਇਹ ਕੁਰਸੀ ਜਿੱਥੇ ਮੈਂ ਬੈਠ ਕਟਿੰਗ ਕਰਾਉਂਦਾ, ਮੈਂ ਬਹਿਣ ਲੱਗਾ ਹਾਂ, ਬਟ ਪਹਿਲਾਂ ਹੀ ਬਹਿ ਗਏ ਕਿਉਂਕਿ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ। ਇੱਕ ਸਰ, ਇਹ ਜਨਾਬ ਨੇ ਸਾਡੇ, ਇਹਨਾਂ ਨੂੰ ਜ਼ਰਾ ਜ਼ੁਬਾਨ ਦਾ ਥੋੜ੍ਹਾ ਜਿਹਾ ਮਸਲਾ ਹੈ, ਅਜੀਬ ਲਫ਼ਜ਼ ਬੋਲਦੇ ਨੇ। ਕਿਹਾ ਜੀ 114? ਅੱਗੇ ਤੁਸੀਂ ਮੇਰੀ ਕਟਿੰਗ ਵੇਖ ਸਕਦੇ ਹੋ, ਮੇਰੇ ਬੇੜੇ ਬੇਰੇ ਖਰੇ ਕੋਈ ਨਹੀਂ, ਠੀਕ ਹੈ ਜੀ। ਡੈਂਡਰਫ ਹੋ ਗਈ ਹੈ ਕਿਉਂਕਿ ਮੈਂ ਡਾਇਟ ਨਹੀਂ ਕੀਤੀ ਕਾਫੀ ਦੇਰ ਤੋਂ, ਮੈਂ ਕਾਫੀ ਗੰਦ ਬਲਾਵਾ ਖਾਣਾ ਪਿਆ, ਸੋ ਮੈਂ ਡਾਇਟ ਸਟਾਰਟ ਕਰਦੀ ਹੈ ਅਗੇਨ। ਸੋ ਉਸ ਤੋਂ ਬਾਅਦ ਮੇਰੀ ਸਲਾਹ ਹੈ ਕਿ ਵਾਲ ਥੋੜ੍ਹੇ ਛੋਟੇ ਛੋਟੇ ਕਰਾਈਏ, ਤਾਂ ਕਿ ਸੁਬਾਹ ਸੁਬਹ ਉੱਠ ਕੇ ਆਪਾਂ ਰੈਡੀ ਹੋਈਏ, ਕਿਉਂਕਿ ਅਸੀਂ ਵਲੋਗਰ ਹਾਂ, ਸਾਡੇ ਕੋਲ ਹੇਅਰ ਸਟਾਈਲ ਬਣਾਉਂਦੇ ਲੋਕਾਂ ਨੂੰ, ਜਿਵੇਂ ਐਂ ਪਿੱਛੇ ਬਣਾਉਂਦੇ ਨੇ। ਉਸ ਤੋਂ ਇਲਾਵਾ ਜਨਾਬ, ਮੈਂ ਪਿੱਛੇ ਮੇਰੇ ਜਿਹੜੇ ਜਨਾਬ ਕੁਦਰਣ ਦਾ ਨਾਂ ਹੈ ਮੌਜ਼ਿਜ਼ ਅਲੀ ਸਾਹਿਬ, ਇਹ ਬਹੁਤ ਅੱਛੇ ਬੰਦੇ ਨੇ। ਅਲੀ ਸਾਹਿਬ, ਕੀ ਹਾਲ? ਠੀਕ ਹੋ? ਇਹ ਵੀ ਮਾਸ਼ਾਅੱਲਾ ਇਹਨਾਂ ਦੇ ਨਾਲ ਹੀ ਨੇ, ਕਦੀ ਕਦੀ ਮੇਰੀ ਦਾਜ ਦੁੜ ਲਾਉਂਦੇ ਨੇ, ਅਕਸਰ ਵਧੀਆ ਕੰਮ ਕਰਦੇ ਨੇ, ਵੀ ਟੱਕ ਟੁੱਕ ਵੀ ਲਾ ਦਿੰਦੇ ਨੇ ਕਦੀ ਕਦੀ। ਪਿੱਛੇ ਜਨਾਬ ਜ਼ਕੂਟਾ ਸਾਹਿਬ ਨਹੀਂ ਤੇ ਐਨਕ ਵਾਲਾ ਜਿਨ ਪਾਰਟ 2 ਆ ਰਿਹਾ, ਉਹਦੀ ਤਿਆਰੀ ਕਰਨ ਦੇ ਨੇ। ਜਨਾਬ ਐਨਕ ਵਾਲਾ ਜਿਨ ਪਾਰਟ 2 ਚ ਕੀ ਵਹਾਣਗੇ? ਜਿਨ ਪਾਰਟ 2 ਹੋ ਰਹੀ ਹੈ। ਅੱਛਾ, ਮੈਂ ਕਿਹਾ ਐਨਕ ਵਾਲਾ ਜਿਨ ਪਾਰਟ 2 ਚ ਕੀ ਵਹਾਣਗੇ? ਉਹਦੇ ਚ ਉਸ ਤੋਂ ਇਲਾਵਾ ਜਿੱਦਾਂ ਦੇ ਵਾਲਾਂ ਦੇ ਵਿੱਚ ਡੈਂਡਰਫ ਹੈ, ਉਹ ਐਲੋ ਮੇਰਾ ਜੈਲ ਲਾਣ, ਠੀਕ ਹੈ ਜੀ, ਔਰ ਤੁਹਾਡੇ ਵਾਲ ਯੈਸ ਹੋ ਜਾਣਗੇ। ਜੱਟ ਸਾਹਿਬ ਜਿਹੜੇ ਨੇ ਉਹ ਤੇਲ ਲਾ ਕੇ ਆਪਣੇ ਵਾਲਾਂ ਨੂੰ ਜ਼ਰਾ ਮਸਾਜ ਕਰਾਉਣਗੇ, ਉਦੋਂ ਬਾਅਦ ਧਵਾਣ ਗੋਣੇ ਤੇ ਮੈਂ ਕਟਿੰਗ ਕਰਾ ਲਾਂਗਾ, ਕਿਉਂਕਿ ਉਹਨਾਂ ਦੇ ਸਿਰ 'ਚ ਟੈਨਸ਼ਨ ਕਾਫੀ ਜ਼ਿਆਦਾ, ਯੂ ਨੋ, ਮੇਰੀ ਵਾਸਤੇ ਚੱਲੀ ਗਈ ਅਤੇ ਇਹਦੀ ਇੱਥੇ ਹੀ ਟੈਨਸ਼ਨ ਹੁੰਦੀ ਫਿਰ ਤੁਹਾਨੂੰ ਪਤਾ। ਸੋ ਮੈਂ ਬਹਿ ਗਿਆ ਕੁਰਸੀ ਅਤੇ ਮੇਰੀ ਹੁਣ ਹੋ ਗਈ ਕਟਿੰਗ। ਸੋ ਫਸਟ ਆਫ ਆਲ ਮੈਂ ਆਪਣੀਆਂ 150 ਵਾਲੀ ਚੇਨ ਲਾਵਾਂਗਾ। ਹੁਣ ਜਨਾਬ ਮੇਰੇ ਉੱਤੇ ਕੱਪੜਾ ਪਾਇਆ ਜਾਏਗਾ, ਕਿਉਂਕਿ ਮੇਰੀ ਜਾਮਾ ਧੋਣੀ। ਸੋ ਵਾਲ ਸ਼ਰਟ ਦੇ ਵਿੱਚ ਨਾ ਪਾਏ, ਤੁਹਾਨੂੰ ਪਤਾ ਸ਼ਰਟ ਮੇਰੀ ਫੇਵਰੇਟ ਹੈ, ਉਹਦੇ ਕੋਲ ਹੈਗੀ ਵੀ ਇੱਕੋ ਹੀ ਹੈ। ਸੋ ਜਾਮਾ ਉੱਤੇ ਕੱਪੜਾ ਪਾਉਣ ਤੋਂ ਬਾਅਦ ਟਿਸ਼ੂ ਜਿਹਾ ਵੀ ਲਾਉਂਦੇ ਨੇ, ਤਾਂ ਕਿ ਧੋਣ ਦੇ ਵਿੱਚ ਕੁਛ ਆਇਆ ਨਾ ਫਿਰ ਜੇ। ਬਹੁਤ ਮਾਸ਼ਾਅੱਲਾ ਅੱਛੇ ਨੇ, ਇਹਨਾਂ ਨਾਲ ਘੁੱਟ ਗਲਾ ਮੈਨੂੰ ਮਾਰਨਾ ਨਹੀਂ। ਉਹ ਜਨਾਬ ਚੋਈ ਸਾਹਿਬ ਪਿੱਛੇ ਆ ਗਏ ਨੇ, ਉਹਨੂੰ ਕੈਂਚੀ ਚਾਕੂ ਫੜ ਕੇ ਸ਼ੁਰੂ ਕਰਨਗੇ ਕਟਿੰਗ ਮੇਰੀ, ਔਰ ਮਾਸ਼ਾਅੱਲਾ ਹਾਲਾਤ ਕਾਫੀ ਖਰਾਬ ਹੋ ਗਏ। ਠੀਕ ਹੀ ਹੈ ਕੰਮ, ਬਟ ਗੰਦਾ ਹੀ ਹੈ, ਯੂ ਨੋ। ਸੋ ਦੇਖੋ ਕੀ ਬਣਦਾ। ਲਓ ਜੀ, ਹੁਣ ਸ਼ੁਰੂ ਹੋ ਗਿਆ ਕੰਮ ਹੌਲੀ ਹੌਲੀ। ਉਮੀਦ ਹੈ ਕਟਿੰਗਾਂ ਪਹਿਲਾਂ ਖੋਤਿਆਂ ਵਾਲੀ ਲਾਈਨ ਲਾਈ ਦੀ ਹੈ, ਜਿਵੇਂ ਘੁਮਿਆਰ ਲਾਉਂਦੇ ਹੁੰਦੇ ਹਨ ਖੋਤੇ ਨੂੰ, ਨਿਸ਼ਾਨੀ ਲਾਉਂਦੇ ਹੁੰਦੇ ਹਨ, ਜਿਵੇਂ ਮੈਂ ਖੋਤੇ ਨੂੰ ਨਿਸ਼ਾਨੀ ਲਾਈ ਕਿ ਮੇਰਾ ਕਜ਼ਨ ਹੈ। ਆਊਟ ਆਫ ਟੋਪਿਕ, ਬਾਕੀ ਕਟਿੰਗ ਸ਼ੁਰੂ ਹੋ ਗਈ। ਖੱਬੇ ਪਾਸੇ ਵੀ ਜਨਾਬ ਲਾਈਨ ਲੱਗ ਗਈ ਹੈ, ਕੰਮ ਸ਼ੁਰੂ ਹੋ ਗਿਆ, ਛੇਤੀ ਕਟਿੰਗ ਹੋਈ ਹੈਗੀ। ਬਾਏ ਦਾ ਵੇ, ਇੱਕ ਹੋਰ ਚੀਜ਼ ਤੁਹਾਨੂੰ ਮੈਂ ਦੱਸ ਦੇਵਾਂ, ਬੀਬੀਆਂ ਅਗਰ ਮੇਰਾ ਵਲੌਗ ਵੇਖਣ ਦੀਆਂ ਨੇ ਤੇ ਸਾਡੇ ਬੰਦਿਆਂ ਦਾ ਮੇਕਅਪ ਹੁੰਦਾ ਜੇ ਕਟਿੰਗ, ਠੀਕ ਹੈ, ਆ ਪਹਿਲਾਂ ਮੇਰਾ ਹੁਸਨ ਵੇਖ ਲਵੋ ਅਤੇ ਬਾਅਦ 'ਚ ਵੇਖਿਆ ਜੇ, ਠੀਕ ਹੈ। ਕਟਿੰਗ ਕਰਾ ਗਿਆ ਨੇ, ਤੁਹਾਨੂੰ ਮੈਂ ਵਾਵਾਂਗਾ, ਤੁਹਾਨੂੰ ਚਸ ਆਈ ਹੈਗੀ, ਇਨਸ਼ੋਰ ਲੋ। ਹੁਣ ਜਨਾਬ ਮਸ਼ੀਨ ਫੜਨ ਲੱਗ ਗਈ ਹੈ, ਠੀਕ ਹੈ ਜੀ, ਖੋਤਾ ਕਟਿੰਗ ਸਟਾਰਟ ਹੋ ਗਈ ਹੈ। ਸਭ ਨਾਲ ਪਹਿਲਾਂ ਅਗਰ ਕਿਸੇ ਸਿੱਖਣੀ ਹੈ ਤਾਂ ਤਿਆਰ ਤੁਸੀਂ ਸਿੱਖ ਸਕਦੇ ਹੋ ਫਕੀਰ ਬਾਈ ਕੋਲੋਂ। ਹੁਣ ਜਨਾਬ ਸੱਜੇ ਪਾਸੇ ਮਸ਼ੀਨ ਲੱਗ ਰਹੀ ਹੈ ਜੀ, ਤਾਂ ਹੁਣ ਮਸ਼ੀਨ ਲੱਗਣ ਲੱਗ ਗਈ ਜਨਾਬ। ਲਾਓ ਲਾਓ ਸਰ, ਤੁਸੀਂ ਪਿੱਛੇ ਹੋ ਗਏ ਹੋ। ਪਿੱਛੇ ਜਿਹੜਾ ਬੰਦਾ ਤੁਹਾਨੂੰ ਦੱਸਣ ਦਿਆ, ਮਿਸਟਰ ਫੈਸ਼ਨ ਦਾ ਮਾਸ਼ਾਅੱਲਾ ਓਨਰ ਹੈ, ਲੱਗਦੇ ਨਹੀਂ ਵੈਸੇ ਮਾਸ਼ਾਅੱਲਾ, ਬਟ ਓਨਰ ਨੇ ਆਲੂ ਵੇਚਣਾ ਨਹੀਂ, ਆਲੂ ਵੇਚਣਾ ਉਹਨਾਂ ਦੀ ਪਰਸਨੈਲਿਟੀ ਹੁੰਦੀ ਹੈ। ਇਹ ਜਨਾਬ ਟਾਊਨ ਦੇ ਵਿੱਚ ਹੈ ਨਾ, ਇਹ ਜ਼ਰੂਰ ਆਓ ਔਰ ਕਟਿੰਗ ਨਾ ਕਰਾਇਆ ਜਾਓ ਜੀ, ਵੇਖ ਕੇ ਟੁੱਟ ਜਾਇਆ ਜੇ ਤੁਸੀਂ ਆਖੋਗੇ ਯਾਰ ਇਹਦੇ ਕਿਉਂ ਕਟਿੰਗ ਕਰਾਉਂਦੇ ਹੋ ਤੁਸੀਂ ਸਾਰੇ। ਇਹ ਜਨਾਬ ਮਸ਼ੀਨ ਲੱਗ ਰਹੀ, ਤੁਸੀਂ ਵੇਖ ਸਕਦੇ ਹੋ ਆਪਣੀਆਂ ਅੱਖਾਂ ਦੇ ਨਾਲ। ਇੱਥੇ ਜਨਾਬ ਉੱਤੇ ਹਾਲੇ ਥੋੜ੍ਹਾ ਜਿਹਾ ਉਹ ਜ਼ੀਰੋ ਸ਼ੁਰੂ ਲਾ ਕੇ ਫਿਕਸ ਕਰਕੇ ਨਾ ਯਸ ਮਾਹੌਲ ਹੋ ਜਾਏਗਾ। ਬਾਏ ਦਾ ਵਿਆਹ, ਜਿਹੜਾ ਪਾਊਡਰ ਸਾਹਮਣੇ ਵਿਆਹ, ਬਲੈਕ ਹੈਡ ਨਾਨੀ ਲਾਉਂਦੀ ਹੁੰਦੀ ਸੀ ਮੈਨੂੰ ਪਿੰਡ 'ਚ ਸਨ 1942 'ਚ, ਪ੍ਰੋਗਰਾਮ ਹੋ ਰਿਹਾ। ਲਓ ਜੀ, ਹੁਣ ਮੇਰੇ ਖੱਬੇ ਪਾਸੋਂ ਵਾਲ ਲਾ ਰਹੇ ਨੇ, ਔਰ ਪਿੱਛੇ ਖੱਬੇ ਤੋਂ ਯਾਦ ਆਇਆ ਪਿੱਛੇ ਚਾਚਾ ਵੀ ਹੈ,
ਹੁਣ ਜਨਾਬ ਫਿਨਿਸ਼ਿੰਗ ਟੱਚ ਵੱਜ ਰਹੇ ਨੇ ਤੇ ਬਾਅਦ ਨੂੰ ਫੇਡ ਕਰਨਾ ਉੱਤੇ ਉੱਤੇ ਜਿਹੜੇ ਵਾਲ ਵਧੇ ਨੇ ਉਹਨਾਂ ਨੂੰ ਲਾ ਰਹੇ ਹਾਂ ਵਧੀਆ ਵਧੀਆਂ ਜਿਵੇਂ ਬੀਬੀਆਂ ਦੀ ਜ਼ਬਾਨਾਂ ਵਧੀਆ ਹੁੰਦੀਆਂ ਉਸ ਤਰ੍ਹਾਂ ਯੂ ਨੋ ਵਾਲ ਜਿਹੜੇ ਵਧੇ ਨੇ ਉੱਤੋਂ ਉੱਤੇ ਉਹਨਾਂ ਨੂੰ ਕਲੀਅਰ ਕਰਕੇ ਤੇ ਉੱਧਰ ਜੱਟ ਸਾਹਿਬ ਜਿਹੜੇ ਨੇ ਮਸਾਜ ਕਰਾ ਰਹੇ ਨੇ ਮਾਸ਼ਾਅੱਲਾ ਲੋ ਵੀ ਸਾਡਾ ਆਲਮੋਸਟ ਫਿਨਿਸ਼ ਹੋ ਜਾਣੀ ਆ ਉਸ ਤੋਂ ਬਾਅਦ ਦਾਜ ਦਾ ਫੇਡ ਫੁੱਲ ਹੋਣਾ ਲੋ ਵੀ ਹੁਣ ਕੈਂਚੀ ਫੇਰੀ ਜਾ ਰਹੀ ਹੈ ਜੀ ਫਾਈਨਲ ਟੱਚ ਹੈ ਵਾਲਾਂ ਨੂੰ ਉਹਦੇ ਬਾਅਦ ਥੱਲੇ ਜ਼ੀਰੋ ਦੀ ਮਸ਼ੀਨ ਇੱਕ ਦਫਾ ਫੇਰ ਲਵਾ ਲਾਂਗੇ ਯੈਸ ਮਾਹੌਲ ਹੋ ਗਿਆ ਆਪਾਂ ਫ੍ਰੀ ਹਾਂ ਫਿਰ ਹੈ ਜੱਟ ਦੀ ਰਾਈਟ ਸਾਈਡ ਮੁਕੰਮਲ ਹੋ ਗਈ ਇਹ ਹੁਣ ਖੱਬੀ ਜਿਹੜੀ ਸਾਈਡ ਹੈ ਨਾ ਉੱਥੇ ਆਪਾਂ ਕੈਂਚੀ ਕੁੰਚੀ ਮਰਵਾਣੀ ਏ ਲੋ ਵੀ ਇਹ ਵੀ ਸਾਈਡ ਆਲਮੋਸਟ ਕਲੀਅਰ ਹੋ ਗਈ ਹੈ ਤੇ ਹੁਣ ਜੀ ਫੇਡ ਕਰਨਾ ਅਸੀਂ ਮਾਸ਼ਾਅੱਲਾ ਲੋ ਵੀ ਇਹ ਵੀ ਸਾਈਡ ਕਲੀਅਰ ਹੋ ਗਈ ਏ ਤੇ ਪਿੱਛੋਂ ਵੀ ਆਲਮੋਸਟ ਕਲੀਅਰ ਹੀ ਹੈ ਕੰਮ ਹੈ ਥੋੜ੍ਹਾ ਬਹੁਤ ਟਚਿੰਗ ਹੋਣ ਵਾਲੀ ਹੈ ਤੇ ਬਾਕੀ ਇਹ ਰਹਿਣਾ ਵੀ ਫੇਡ ਹੋਣਾ ਹੁਣ ਇਨਸ਼ਾਅੱਲਾ ਤੇ ਬਾਕੀ ਆਪਾਂ ਫਿਰ ਗੁੱਡ ਟੂ ਗੋ ਆ ਲੋ ਜਨਾਬ ਕਟਿੰਗ ਆਲਮੋਸਟ ਫਿਨਿਸ਼ ਹੋਣ ਵਾਲੀ ਏ ਤੇ ਜਨਾਬ ਆਪਣਾ ਜਿਹੜੇ ਆ ਖਤ ਖੁਤ ਨੇ ਨਾ ਇਹ ਕਰਨੇ ਨੇ ਬਸ ਪਰ ਮੈਂ 40 ਦਫਾ ਇੱਕੋ ਹੀ ਗੱਲ ਦੱਸੀ ਜਾਂਦਾ ਬਾਕੀ ਕਟਿੰਗ ਕਦੀ ਮੈਂ ਵਹਾ ਹੀ ਨਹੀਂ ਨਾ ਕਰਦੇ ਆ ਸੋ ਪਿੱਛੋਂ ਵੀ ਭਾਈ ਜੀ ਦਾ ਵਹਾਓ ਮੈਨੂੰ ਜਾ ਦੇ ਚੰਗੀ ਤਰ੍ਹਾਂ ਇੰਨੀ ਦੂਰ ਨਾ ਜਾਓ ਉਹ ਭਾਈ ਕਾਪੀ ਨਾਲ ਇੰਨਾ ਮਿਊਜ਼ਿਕ ਬੰਦ ਕਰੋ ਖੁਦਾ ਕਾ ਵਾਸਤਾ ਸੋ ਜੀ ਇਹ ਕਟਿੰਗ ਹੈ ਆਪਣੀ ਬਸ ਹੁਣ ਖਤ ਕਰਨਾ ਲਓ ਜਨਾਬ ਸਾਈਡਾਂ ਤੋਂ ਕਲੀਅਰ ਹੋ ਗਿਆ ਕੰਮ ਤੇ ਹੁਣ ਉੱਤੋਂ ਵਾਲ ਲਾਏ ਜਾ ਰਹੇ ਨੇ ਮੈਂ ਫਲੈਸ਼ ਇਸ ਕਰਕੇ ਨਹੀਂ ਵੇਖ ਰਿਹਾ ਕਿਉਂਕਿ ਜਦੋਂ ਵੇਖਾਂ ਤਾਂ ਫਿਰ ਅੰਨਾ ਹੋ ਜਾਂਦਾ ਵਾਂ ਤੇ ਫਿਰ ਮੈਨੂੰ ਦਿਸਦਾ ਘੱਟ ਵਾ ਦੇ ਆਪਣੇ ਮੂੰਹ ਤਿੰਨ ਤਿੰਨ ਦਿਸਦੇ ਨੇ ਜਨਾਬ ਬੜਾ ਔਖਾ ਕੰਮ ਹੈ ਵਲੌਗਿੰਗ ਕਰਨਾ ਖਾਲਾ ਜੀ ਕਾ ਵਰਨਾ ਨਹੀਂ ਹੈ ਉੱਤੋਂ ਵੇਖੋ ਭਾਈ ਜੀ ਲਾ ਰਹੇ ਨੇ ਮਾਸ਼ਾਅੱਲਾ ਇਸ ਤੋਂ ਬਾਅਦ ਖਤ ਕਰਨਾ ਲਓ ਜੀ ਉੱਤੋਂ ਵਾਲ ਲੈ ਗਏ ਨੇ ਮੈਨੂੰ ਵਾਲ ਜ਼ਰਾ ਛੋਟੇ ਪਸੰਦ ਨੇ ਕਿਉਂਕਿ ਮੈਂ ਜ਼ਰਾ ਆਪਣਾ ਜਿੱਲਾ ਇਨਸਾਨ ਹਾਂ ਮੈਨੂੰ ਬਹੁਤਾ ਟਾਈਮ ਨਹੀਂ ਲਾਉਣਾ ਹੁੰਦਾ ਕੰਮਾਂ ਕੁੰਮਾਂ ਦੇ ਸੋ ਬਾਈ ਜੀ ਉੱਤੇ ਹੁਣ ਪਾਊਡਰ ਲਾਉਣਗੇ ਸੋ ਵਾਲ ਆਪਣੇ ਯੈਸ ਮਾਹੌਲ ਹੋ ਜਾਏਗਾ ਹੈ ਲਓ ਜੀ ਸੁਬਾਹ ਉੱਠੋ ਕੈਮਰਾ ਕੱਢੋ ਵਲੌਗਿੰਗ ਸ਼ੁਰੂ ਮਿਹਨਤੀ ਸ਼ਖਸ ਤੁਸੀਂ ਲਓ ਜਨਾਬ ਕਟਿੰਗ ਦੇ ਦੌਰਾਨ ਇੱਕ ਸ਼ਖਸ ਆ ਗਿਆ ਮੈਂ ਨਹੀਂ ਆ ਰਹਾ ਆਪ ਨਹੀਂ ਆ ਰਹੇ ਤੁਸੀਂ ਵੀ ਆ ਰਹੇ ਹੋ ਆ ਗਏ ਹੋ ਪੂਰੇ ਆ ਗਏ ਹੋ ਸਰ ਲਓ ਜੀ ਇਹਨਾਂ ਮੇਰੇ ਲੱਕ 'ਤੇ ਪਿਸਟਲ ਵੀ ਰੱਖਿਆ ਜੇ ਤੁਹਾਨੂੰ ਦੱਸਿਆ ਨਹੀਂ ਮੈਂ ਨਾਮ ਨਾਲ ਉਹਨਾਂ ਗੋਲੀ ਮਾਰ ਦੇਣੀ ਸੀ ਹੁਣੇ ਆਪਣਾ ਗੁਰਦਾ ਬਾਹਰ ਹੋਣਾ ਸੀ ਬਾਈ ਠੀਕ ਹੈ ਹੁਣ ਹਾਂਜੀ ਬਾਈ ਠੀਕ ਚੁੱਕ ਲਵੋ ਪਿਸਟਲ ਲਓ ਬਈ ਹੁਣ ਖਤ ਹੋਣ ਲੱਗਾ ਤੁਸੀਂ ਵੇਖ ਸਕਦੇ ਹੋ ਮਸ਼ੀਨ ਫਿਰ ਰਹੀ ਹੈ ਮੇਰੇ ਗੱਲਾਂ ਉੱਤੇ ਉਦੋਂ ਬਾਅਦ ਬਲੇਡ ਫਿਰਨਾ ਤੇ ਫਿਰ ਸਾਰੇ ਹੀ ਵਿਹਲੇ ਹਾਂ ਇੱਥੇ ਕੈਂਚੀ ਕੁੰਜੀ ਫਿਰਨੀ ਥੋੜ੍ਹੀ ਬਹੁਤ ਉਸ ਤੋਂ ਇਲਾਵਾ ਇੱਥੇ ਬਲੇਡ ਵੱਜੇਗਾ ਪਿੱਛੇ ਇੱਥੇ ਥੱਲੇ ਗਲੇ 'ਚ ਹੀ ਬਲੇਡ ਵੱਜੇਗਾ ਅਤੇ ਮੇਰੀ ਜ਼ਿੰਦਗੀ ਖਤਮ ਹੋ ਜਾਏਗੀ ਲਓ ਜੀ ਕੈਂਚੀ ਸ਼ੈਂਚੀ ਲੱਗ ਭਾਈ ਮੈਂ ਆਉਂਦਾ ਜਦੋਂ ਬਣਾਉਣ ਲਾਉਣਾ ਤੁਸੀਂ ਬੰਦ ਕਰ ਦਿੰਦੇ ਹੋ ਇਹ ਚੀਜ਼ ਦਾ ਬੜਾ ਚੈਸ ਹੈ ਕਿ ਨਹੀਂ ਇੱਥੇ ਹੁਣ ਮਸ਼ੀਨ ਲੱਗਣੀ ਬਰੀਕ ਵੀਡੀਓ ਵੀ ਮੈਂ ਆਪ ਹੀ ਬਣਾ ਰਿਹਾ ਹੋਰ ਮਾਸ਼ਾਅੱਲਾ ਪ੍ਰੋਫੈਸ਼ਨਲ ਨੇ ਸਾਰੇ ਇੱਥੇ ਐਡੀ ਸੋਹਣੀ ਵੀਡੀਓ ਬਣਾ ਦਿੰਦੇ ਨੇ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਲਾਵਾਂ ਕਿ ਨਾ ਸਾਈ ਦਾ ਸੋਚਦਾ ਰਹਿੰਦਾ ਲਓ ਜੀ ਹੁਣ ਦੂਜੀ ਸਾਈਡ ਦੇ ਉੱਤੇ ਮਸ਼ੀਨ ਫੇਰੀ ਜਾ ਰਹੀ ਹੈ ਔਰ ਇਸ ਤੋਂ ਬਾਅਦ ਇਹਨੂੰ ਵੀ ਫਿਕਸ ਕੀਤਾ ਜਾਏਗਾ ਜਿਵੇਂ ਦੂਜੀ ਤਰਫ ਕੀਤਾ ਗਿਆ ਸੀ ਸਮਝ ਰਹੇ ਹੋ ਮੇਰੀ ਗੱਲ ਨੂੰ ਬਾਏ ਦਾ ਵੇ ਇਹ ਸਲੋਨ ਦੇ ਉੱਤੇ ਤੁਸੀਂ ਕਿਸੇ ਨੂੰ ਨਾਈ ਨਹੀਂ ਕਹਿ ਸਕਦੇ ਕਹਿੰਦੇ ਨੇ ਸਾਨੂੰ ਕਹੋ ਬਾਰ ਬਾਰ ਕਿਉਂਕਿ ਨਾਈ ਇੱਕ ਬੁਰਾ ਲਫਜ਼ ਹੈ ਬਾਕੀ ਈਦ ਤੇ ਈਦੀ ਵੀ ਮੰਗਦੇ ਜੇ ਇਹ ਹਰਕਤ ਨਾਈਆਂ ਵਾਲੀ ਹੋਈ ਹੈ ਬਟ ਕਹਿੰਦੇ ਨੇ ਅਸੀਂ ਨਾਈ ਨਹੀਂ ਅਸੀਂ ਹੇਅਰ ਡਰੈਸਰ ਮੈਂ ਫਿਰ ਇਹ ਕਾਹਦੀ ਹਰਕਤ ਹੋਈ ਕਿ ਜੇ ਤੁਸੀਂ ਜੇ ਈਦੀ ਮੰਗਦੇ ਹੋ ਵਿਆਹ ਹੋ ਜਾਂਦੇ ਮਠਿਆਈ ਖਵਾਓ ਠੀਕ ਹੈ ਫਿਰ ਕਦੀ ਕਦੀ ਸ਼ੀਸ਼ਾ ਛੋਟਾ ਜਿਹਾ ਵਾ ਕਹਿੰਦੇ ਨੇ ਪੈਸੇ ਦਿਓ ਬੰਦਾ ਪੁੱਛਿਆ ਜਿਹੜਾ ਸਾਹਮਣੇ ਸ਼ੀਸ਼ਾ ਲੱਗਾ ਹੈ ਇਹ ਸਾਡਾ ਮੂੰਹ ਨਹੀਂ ਦਿਸਦਾ ਭਲਾ ਫਿਰ ਕਹਿੰਦੇ ਨੇ ਸਾਨੂੰ ਵਾਰ ਵਾਰ ਕਹੋ ਟੈਨਸ਼ਨ ਨਹੀਂ ਲੈਣੀ ਆਈ ਸਾਰੀ ਮੈਂ ਬੰਦਾ ਆਹ ਜਿਹੜਾ ਬੰਦਾ ਕਟਿੰਗ ਕਰਨ ਦਿਆ ਬੰਦਾ ਸਿਆਣਾ ਇਹ ਅੱਛਾ ਬੰਦਾ ਬਾਕੀ ਸਾਰੇ ਸਮਝ ਲਿਓ ਭਾਅ ਜੀ ਕੈਂਚੀ ਸ਼ੈਂਚੀ ਵੀ ਲੱਗ ਗਈ ਹੈ ਹੁਣ ਬਸ ਬਲੇਡ ਫਿਰਨਾ
ਇੱਥੇ ਲੱਗ ਚੱਲਾ ਬਲੇਡ ਅਤੇ ਫਿਰ ਕਟਿੰਗ ਮੇਰੀ ਫਿਨਿਸ਼। ਲਓ ਜੀ ਕਟਿੰਗ ਹੋ ਗਈ ਹੈ ਡਨ ਹੁਣ, ਅਤੇ ਹੁਣ ਉਹਨੇ ਬਹਿਣਾ ਜੱਟ ਨੇ, ਮੈਂ ਉੱਠਾ ਹੁਣ ਅਤੇ ਇੱਜ਼ਤ ਦੇ ਨਾਲ। ਲਓ ਜੀ ਜਨਾਬ ਕਟਿੰਗ ਕਰਕੇ ਅਤੇ ਕਟਿੰਗ ਕਰਾ ਕੇ ਅਤੇ ਹੁਣ ਮੈਂ ਚੱਲਾ ਵਾਂ ਜ਼ਹੀਮ ਛੱਡਣ ਵਾਸਤੇ ਉਹਦੇ ਘਰ, ਅਤੇ ਜੱਟ ਸਾਹਿਬ ਪਿੱਛੇ ਕਟਿੰਗ ਕਰਾ ਲੈਣੇ ਵਾਪਸ, ਇਹਨਾਂ ਨੂੰ ਪਿੱਕ ਕਰਕੇ ਅਤੇ ਆਪਣੇ ਘਰ ਤੁਰ ਜਾਣਾ। ਠੀਕ ਹੈ ਜੀ। ਲਓ ਜਨਾਬ ਜ਼ਹੀਮ ਨੂੰ ਨਾਲ ਬਿਠਾ ਲਿਆ ਅਤੇ ਇਹਨੂੰ ਮੈਂ ਹੁਣ ਚੱਲਾ ਇਹਦੇ ਘਰ ਛੱਡਣ ਵਾਸਤੇ। ਲਓ ਜੀ ਜ਼ਹੀਮ ਦੀ ਸਲਾਹ ਰਹਿ ਗਈ, ਉਹਨੇ ਕਿਹਾ ਘਰ ਜਿਹੜਾ ਕੰਮ ਸੀ ਉਹ ਕਲੀਅਰ ਹੋ ਗਿਆ, ਸੋ ਅਸੀਂ ਵਾਪਸ ਫਿਰ ਸ਼ੋਪ 'ਤੇ ਜਾ ਰਹੇ ਹਾਂ। ਲਓ ਜਨਾਬ ਹੁਣ ਅਸੀਂ ਆ ਮਸਜਿਦ ਜੀ ਇੱਥੇ, ਇੱਥੇ ਵਾਸ਼ਰੂਮ ਹੈ ਪਿੱਛੇ, ਇੱਥੇ ਚੱਕਰ ਲਾਉਣ ਲੱਗੇ ਕਿਉਂਕਿ ਜਿਹੜਾ ਉਹ ਸਲੋਨ ਇਹਨਾਂ ਦਾ ਵਾਸ਼ਰੂਮ ਬਹੁਤ ਗੰਦਾ, ਸੋ ਵਾਸ਼ਰੂਮ ਚੱਲੇ ਹਾਂ ਇੱਥੇ ਮਸਜਿਦ ਵਿੱਚ। ਸੋ ਮਿਲਦੇ ਹਾਂ ਤੁਹਾਨੂੰ ਬਾਹਰ ਨਿਕਲ ਕੇ। ਹਾਣਗੀ ਦੀ ਗੱਲ ਹੈ ਬਈ, ਇੱਥੇ ਅੱਜ ਸਾਬਣ ਪਿਆ ਹੋਇਆ, ਮੈਂ ਜਦੋਂ ਇੱਥੇ ਆਇਆ ਕਦੀ ਸਾਬਣ ਨਹੀਂ ਹੋਇਆ, ਬਟ ਅੱਜ ਤਾਂ ਸਾਬਣ ਆਇਆ। ਅਕਸਰ ਮੈਂ ਗੱਡੀ 'ਚ ਆਪਣਾ ਰੱਖਿਆ ਹੁੰਦਾ, ਬੱਲੇ ਬਈ ਵਾਪਸ ਟੋਣ ਵਾਲਿਓ ਤਰੱਕੀਆਂ। ਉਹ ਬਈ ਸਹੀ ਵੀ ਹੋਇਆ ਵਾਸ਼ਰੂਮ 'ਚ, ਮੈਂ ਵੀ ਹੋਇਆ ਅਤੇ ਹੁਣ ਅਸੀਂ ਚੱਲੇ ਹਾਂ ਵਾਪਸ ਸਲੋਨ 'ਤੇ, ਔਰ ਕਟਿੰਗ ਤੁਸੀਂ ਵੇਖ ਸਕਦੇ ਆ। ਮੈਂ ਛੋਟੇ ਵਾਲ ਕਰਾ ਲਿਆ, ਮੈਂ ਬੜੀ ਸਟ੍ਰੈਸ ਹੁੰਦੀ ਸੀ, ਬੜਾ ਹੁਣ ਮੈਂ ਈਜ਼ੀ ਹੋ ਗਿਆ ਅੱਲਾ ਦੀ ਕਿਸਮ। ਸੋ ਚੱਲੇ ਹਾਂ ਅਸੀਂ ਬਾਰਬਰ ਦੀ ਸ਼ੋਪ 'ਤੇ, ਮਿਲਣੇ ਤੁਹਾਨੂੰ ਸ਼ੋਪ 'ਤੇ। ਵਾਪਸ ਅਸੀਂ ਆ ਗਏ ਹਾਂ ਸਲੋਨ 'ਤੇ, ਔਰ ਇੱਥੇ ਅੰਦਰ ਕਟਿੰਗ ਹਾਲੇ ਵੀ ਚੱਲ ਰਹੀ। ਇੱਥੇ ਜਨਾਬ ਜੱਟ ਸਾਹਿਬ ਦੀ ਕਟਿੰਗ ਚੱਲਣ ਦੀ ਜੀ, ਬਿਹਤਰੀਨ ਕਰਕੇ ਕਹਿੰਦੇ ਹੋ ਭਾਈ, ਕੈਮਰਾ ਬੰਦ ਕਰ। ਜੱਟ ਸਾਹਿਬ ਦੀ ਕਟਿੰਗ ਹੁੰਦੀ ਹੈ ਵੀ, ਅਤੇ ਮੈਂ ਚੌਲ ਨਾਲ ਬੈਠਾ ਵੇਟ ਕਰਨੇ ਆ ਕਦੋਂ ਕਟਿੰਗ ਹੋਏਗੀ ਅਤੇ ਕਦੋਂ ਸਾਡੀ ਜਾਨ ਛੁੱਟੇਗੀ ਅਤੇ ਕਦੋਂ ਅਸੀਂ ਜਾਵਾਂਗੇ। ਬਾਏ ਦਾ ਵੇ ਐਨਕ ਇਸ ਕਰਕੇ ਲਾਈ ਹੋਈ ਕਿਉਂਕਿ ਫਲੈਸ਼ ਖਰਚ ਕਰਦਾ ਔਰ ਨਾ ਦਿਸ ਦਾ ਘੱਟ। ਲਓ ਵੀ ਚੋਰੀ ਦੀ ਕਟਿੰਗ ਆਲਮੋਸਟ ਡਨ ਹੋ ਚੱਲੀ, ਅਤੇ ਫਿਰ ਮੈਨੂੰ ਭੁੱਖ ਬਹੁਤ ਲੱਗ ਗਈ, ਮੈਂ ਡਾਇਟ ਸ਼ੁਰੂ ਕਰ ਲਈ, ਮੈਂ ਖਾਣੀ ਚਿਕਨ ਸਟੇਕ, ਸੋ ਅਸੀਂ ਉਹ ਖਾਣ ਜਾਣਾ। ਲਓ ਜੀ ਐਡ ਦੀ ਕਟਿੰਗ ਡਨ ਹੋ ਗਈ ਅਤੇ ਹੁਣ ਅਸੀਂ ਚੱਲੇ ਹਾਂ ਸਟੇਕ ਖਾਣ ਵਾਸਤੇ। ਇਹ ਵੀ ਬੰਦੇ ਕਹਿੰਦੇ ਨੇ ਅਸੀਂ ਵਲੌਗ 'ਚ ਆਉਣਾ। ਲਓ ਜਨਾਬ ਤੁਸੀਂ ਵਲੌਗ 'ਚ ਆ ਗਏ ਹੋ, ਤੁਸੀਂ ਵੀ ਇਨਸ਼ਾਅੱਲਾ ਮੈਂ ਨਾਲ ਦੋ ਜਗ੍ਹਾ ਜਾਓ। ਗੱਡੀ ਵਿੱਚ ਮੈਂ ਬਹਿ ਗਿਆ, ਹੁਣ ਮੈਂ ਮਾਰ ਲਾਂਗਾ ਸੁਲਫ ਹੈ ਕਿ ਨਹੀਂ, ਹੋਈ ਕਿ ਨਹੀਂ ਸਟਾਰਟ, ਫਿਰ ਪੈਸੇ ਲਾਏ ਨੇ ਭਾਈ, ਐਵੇਂ ਨਹੀਂ ਰੱਖੀ। ਲਓ ਜੀ ਅਸੀਂ ਆ ਗਏ ਹੁਣ ਚਿਕਨ ਸਟੇਕ ਖਾਣ ਵਾਸਤੇ। ਭਾਈ ਇੱਕ ਚਿਕਨ ਸਟੇਕ ਲਾ ਦਿਓ ਚਮਚੀ ਨਾਲ, ਇੱਕ ਲੈ ਜਾ ਨਾਲ, ਕੋਈ ਵੀ ਖਾਣ ਵਾਸਤੇ ਕੀ ਦੇਵੇਗਾ। ਨਹੀਂ ਜਿਹੜਾ ਬਿੱਲ ਤੂੰ ਦੇਣਾ ਇੱਥੇ ਨਹੀਂ ਲੈਂਦੇ। ਓਹੋ, ਮੈਂ ਸਟੇਕ ਵੀ ਖਾ ਲਈ, ਕਾਫੀ ਪੀ ਲਈ, ਵਲੌਗ ਤਾਂ ਖਤਮ ਕਰਨਾ। ਮੈਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜੀ, ਔਰ ਮੈਂ ਤੁਹਾਨੂੰ ਨੈਕਸਟ ਵਲੌਗ ਦੇ ਜ਼ਿੰਦਗੀ ਰਹੀ ਦੇ ਖਿਲਾਫ਼।